ਕੋਰ ਕਮੇਟੀ ਦਾ ਫੈਸਲਾ ਸੀਗਾ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ, ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਕੰਟੀਨਿਊ ਕੀਤਾ ਜਾਵੇ। ਆਮ ਆਦਮੀ ਪਾਰਟੀ ਜਿਹੜੀ ਹੈਗੀ ਆ 100 ਅਹੁਦੇ ਕੁਰਬਾਨ ਕਰ ਦਿੱਤੇ ਵੀ ਸੁਖਪਾਲ ਸਿੰਘ ਖਹਿਰਾ ਉਸ ਜਿਹੜਾ ਹੈਗਾ ਮੰਚ ਆ ਜਾਂ ਉਸ ਗੱਠਜੋੜ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਨੇਗੇ। ਅਰਵਿੰਦ ਕੇਜਰੀਵਾਲ ਦੁਆਰਾ ਵਿਕਰਮ ਮਜੀਠੀਆ ਤੋਂ ਮਾਫ਼ੀ ਮੰਗਣ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਪਦ ਤੋਂ ਅਸਤੀਫਾ ਦੇਣ ਵਾਲੇ ਭਗਵੰਤ ਮਾਨ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਬਣਨ ਜਾ ਰਹੇ ਨੇ। ਸਾਡੇ ਨਾਲ ਵਿਪਕਸ਼ ਦੇ ਨੇਤਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਜੀ ਸਾਡੇ ਨਾਲ ਨੇ, ਉਹਨਾਂ ਤੋਂ ਜਾਣਦੇ ਹਾਂ ਵੀ ਇਹ ਕੀ ਮਾਮਲਾ, ਕਿੱਦਾਂ, ਮਤਲਬ ਕਿ ਪਹਿਲੇ ਮਾਫ਼ੀ ਮੰਗੀ ਔਰ ਅਸਤੀਫਾ ਦਿੱਤਾ, ਹੁਣ ਇਹ ਕਿਉਂ ਇਹ ਪਦ ਇਹ ਦੁਬਾਰਾ ਲੈਣ ਜਾ ਰਿਹਾ, ਇਹ ਕੀ ਪਦ ਦੀ ਕੀ ਨੀਤੀ ਆ? ਦੇਖੋ, ਸਾਡੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ, ਮੀਟਿੰਗ ਦੇ ਵਿੱਚ ਡਿਸਾਈਡ ਹੋਇਆ ਕਿ ਪੰਜਾਬ ਦੇ ਜਿਹੜੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨਾਲ ਅਸਤੀਫਾ ਦਿੱਤਾ ਸੀਗਾ ਉਹ ਅਸਤੀਫਾ ਵਾਪਸ ਲੈਣ, ਪਰ ਲੇਕਿਨ ਆਮ ਜਿਹੜੀ ਕੋਰ ਕਮੇਟੀ ਦੇ ਉਹਨੇ ਡਿਸਾਈਡ ਕੀਤਾ ਵੀ ਅਸੀਂ ਜਿਹੜਾ ਰੈਜੋਲਿਊਸ਼ਨ ਪਾ ਕੇ ਸੈਂਟਰ ਕਮੇਟੀ ਨੂੰ ਭੇਜਿਆ ਗਿਆ, PAC ਨੂੰ ਭੇਜਿਆ ਗਿਆ ਵੀ ਸਰਦਾਰ ਭਗਵੰਤ ਸਿੰਘ ਜਿਹੜਾ ਮਾਨ ਦਾ ਅਸਤੀਫਾ ਉਹ ਨਾਮਨਜ਼ੂਰ ਕੀਤਾ ਜਾਵੇ, ਉਹਨਾਂ ਨੂੰ ਕੰਟੀਨਿਊ ਪ੍ਰਦਾਨ ਕੀਤਾ ਜਾਵੇ। ਇਸ ਦੇ ਪਿੱਛੇ ਕੀ ਹੈ? ਜਦੋਂ ਹੁਣ ਮਾਫ਼ੀ ਮੰਗ ਲਈ, ਮਾਫ਼ੀ ਮੰਗਣ ਤੋਂ ਬਾਅਦ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਸੀਗਾ, ਹੁਣ ਕੀ ਮਤਲਬ ਕਿ ਉਹ ਦੁਬਾਰਾ ਫਿਰ ਉਹ ਕੀ ਮਾਫ਼ੀ ਉਹ ਠੀਕ ਹੋ ਗਈ? ਉਸ ਟਾਈਮ ਅਸੀਂ ਇਹ ਗੱਲ ਕਹੀ ਸੀਗੀ ਵੀ ਜਿਹੜੀ ਮਾਫ਼ੀ ਮੰਗਣੀ ਹੈ ਇਹ ਬੜਾ ਗਲਤ ਡਿਸੀਜਨ ਲਿੱਤਾ, ਪੰਜਾਬ 'ਚ ਨਸ਼ਿਆਂ ਦਾ ਬਹੁਤ ਵੱਡਾ ਕਹਿਰ ਹੈ ਔਰ ਇਸ ਤਰ੍ਹਾਂ ਮਾਫ਼ੀ ਨਹੀਂ ਮੰਗਣੀ ਚਾਹੀਦੀ। ਦੇਖੋ, ਸਰਦਾਰ ਭਗਵੰਤ ਸਿੰਘ ਮਾਨ ਨੇ ਅਸਤੀਫਾ ਦਿੱਤਾ ਸੀ ਇਸ ਗੱਲ ਨੂੰ ਲੈ ਕੇ, ਔਰ ਮਾਨ ਸਾਹਿਬ ਨੇ ਗੱਲ ਕਹੀ ਸੀ ਮੈਂ ਸੈਂਟਰ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਮਸਲਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਰੂਬਰੂ ਹੋਵਾਂਗਾ। ਮੈਂ ਸਮਝਦਾ ਸਾਡੀ ਅੱਜ ਕੋਰ ਕਮੇਟੀ ਦੇ ਫੈਸਲਾ ਕੀਤਾ ਗਿਆ ਹੈ, ਕੋਰ ਕਮੇਟੀ ਦਾ ਫੈਸਲਾ ਸੀਗਾ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ, ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਕੰਟੀਨਿਊ ਕੀਤਾ ਜਾਵੇ। ਇਹ ਹੁਣ ਮਾਨ ਸਾਹਿਬ ਜਿਹੜੇ ਹੈਗੇ ਨੇ, ਮਾਨ ਸਾਹਿਬ ਨੇ ਮੀਟਿੰਗ ਕਰਨੀ ਆ ਸੀਨੀਅਰ ਲੀਡਰਸ਼ਿਪ ਨਾਲ, ਉਸ ਤੋਂ ਬਾਅਦ ਪਤਾ ਲੱਗੂ ਕਿ ਉਹ ਪੰਜਾਬ ਦੀ ਪ੍ਰਧਾਨਗੀ ਸੰਭਾਲਦੇ ਨੇ ਜਾਂ ਨਹੀਂ ਸੰਭਾਲਦੇ। ਜਿਹੜੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਉਸ 'ਚ ਭਗਵੰਤ ਮਾਨ ਆਪ ਵੀ ਸ਼ਾਮਿਲ ਸੀਗੇ? ਬਿਲਕੁਲ, ਭਗਵੰਤ ਮਾਨ ਜੀ ਆਪ ਮੀਟਿੰਗ ਸ਼ਾਮਿਲ ਸੀ ਕਿਉਂਕਿ ਉਹ ਕੋਰ ਕਮੇਟੀ ਦੇ ਮੈਂਬਰ ਨੇਗੇ, ਉਹ ਪਹਿਲਾਂ ਵੀ ਸ਼ਾਮਿਲ ਹੁੰਦੇ ਰਹਿੰਦੇ ਨੇਗੇ। ਚਲੋ, ਇਹ ਮਸਲਾ ਤਾਂ ਇੱਕ ਹਾਲੇ ਆਉਣ ਵਾਲਾ ਟਾਈਮ ਸੁਲਝਾਏਗਾ। ਤੁਸੀਂ ਸੁਖਪਾਲ ਖਹਿਰਾ ਨੂੰ ਉਸਦੀ MLA-ship ਜਾਂ ਵਿਧਾਇਕਸ਼ਿਪ ਤੋਂ ਹਟਾਉਣ ਲਈ ਤੁਸੀਂ ਸਪੀਕਰ ਸਾਹਿਬ ਨੂੰ ਲੈਟਰ ਲਿਖਤਾ, ਪਰ ਮਾਸਟਰ ਬਲਦੇਵ ਸਿੰਘ ਵਾਲੇ ਮਾਮਲੇ 'ਚ ਤੁਸੀਂ ਚੁੱਪੀ ਛਾਲ ਦੋਗੇ, ਇਹ ਦੋ ਪੱਖੀ ਗੱਲਾਂ ਕਿਉਂ? ਸਰਦਾਰ ਬਲਦੇਵ ਸਿੰਘ ਜਿਹੜੇ MLA ਸਾਹਿਬ ਨੇਗੇ, ਉਹਨਾਂ ਦਾ ਰਿਜ਼ਾਈਨ ਆ ਪਾਰਟੀ ਤੋਂ ਹਾਲੇ ਤੱਕ ਲਿਖਤੀ ਰੂਪ ਵਿੱਚ ਸਾਨੂੰ ਨਹੀਂ ਮਿਲਿਆ। ਜਦੋਂ ਲਿਖਤੀ ਰੂਪ ਸਾਨੂੰ ਮਿਲ ਜੂਗਾ ਉਸ ਤੋਂ ਬਾਅਦ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਊਗੀ, ਜਿਹੜਾ ਵੀ ਫੈਸਲਾ ਹੋਊਗਾ ਉਹ ਸਪੀਕਰ ਸਾਹਿਬ ਨੂੰ, ਤੁਹਾਨੂੰ, ਸਾਰਿਆਂ ਨੂੰ ਦੱਸ ਦਿੱਤਾ ਜਾਊਗਾ। ਚਿਮਾ ਜੀ, ਉਹ ਜਿਹੜੀ ਤੁਸੀਂ ਲਿਖਤੀ ਰੂਪ ਵਾਲੀ ਗੱਲ ਕਰ ਰਹੇ ਹੋ ਉਹ ਸਾਰਿਆਂ ਕੋਲ ਆ, ਮੈਂ ਮੀਡੀਆ ਕੋਲ ਵੀ ਉਸ ਜਿਹੜਾ ਲਿਖਤੀ ਰੂਪ 'ਚ ਉਹਨਾਂ ਨੇ ਭੇਜਿਆ ਸੀਗਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਵਾਲੀ ਗੱਲ, ਉਹ ਸਾਰਿਆਂ ਕੋਲ ਆ, ਉਹਨਾਂ ਨੇ ਸਾਰਿਆਂ ਨੂੰ ਭੇਜਿਆ ਸੀਗਾ, ਉਹ ਸਾਡੇ ਕੋਲ ਵੀ ਪਿਆ। ਔਰ ਇਹ ਇੱਦਾਂ ਹੋ ਨਹੀਂ ਸਕਦਾ ਵੀ ਜਿਹੜਾ ਚੀਜ਼ ਸਾਰਿਆਂ ਕੋਲ ਹੈ ਉਹ ਤੁਹਾਡੇ ਕੋਲ ਨਾ ਪਹੁੰਚੀ ਹੋਵੇ। ਦੇਖੋ, ਸਾਡੇ ਪਾਰਟੀ ਦਫ਼ਤਰ ਤੱਕ ਹਜੇ ਤੱਕ ਨਹੀਂ ਪਹੁੰਚੀ, ਇਹ ਟੈਕਨੀਕਲ ਗੱਲ ਆ। ਜਦੋਂ ਸਾਡੇ ਕੋਲ ਅਸਤੀਫਾ ਆਊਗਾ ਉਸ ਤੋਂ ਬਾਅਦ ਅਸੀਂ ਜਿਹੜਾ ਵੀ ਐਕਸ਼ਨ ਜਿਹੜੀ ਸਾਡੀ ਕੋਰ ਕਮੇਟੀ ਸੁਜੈਸਟ ਕਰੂਗੀ ਉਹ ਲੈ ਲਵਾਂਗੇ। ਕਿਤੇ ਇਹ ਤਾਂ ਨਹੀਂ ਵੀ ਤੁਸੀਂ ਆਪਣੀ ਕੁਰਸੀ ਬਚਾਉਣ ਲਈ ਜਿਹੜਾ ਇਹ ਟੈਕਟਿਕਸ ਅਪਣਾ ਰਹੇ ਹੋ? ਦੇਖੋ ਦੇਖੋ, ਕੁਰਸੀ ਵਾਲੀ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਜਿਹੜੀ ਹੈਗੀ ਆ 100 ਅਹੁਦੇ ਕੁਰਬਾਨ ਕਰਦੀ ਆ, ਆਮ ਆਦਮੀ ਪਾਰਟੀ ਦੇ ਲੋਕ ਏਜੰਡੇ 'ਤੇ ਨੇਗੇ। ਦਿੱਲੀ ਦੇ ਵਿੱਚ 49 ਦਿਨ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੇ ਲੱਤ ਮਾਰੀ ਸੀ ਔਰ ਕਿਹਾ ਸੀਗਾ ਮੈਂ ਫਰੈਸ਼ ਮੈਂਡੇਟ ਲੈ ਕੇ ਆਊਂਗਾ, ਸਾਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ, ਅਸੀਂ ਲੋਕਾਂ ਦੇ ਕੰਮ ਅੱਗੇ ਰੱਖੇ ਹੋਏ ਨੇਗੇ। ਜਦੋਂ ਵੀ ਬਲਦੇਵ ਸਿੰਘ ਦਾ ਅਸਤੀਫਾ ਸਾਨੂੰ ਮਿਲ ਗਿਆ ਉਸ ਤੋਂ ਬਾਅਦ ਸਾਡੀ ਕੋਰ ਕਮੇਟੀ ਸੱਦ ਕੇ ਫੈਸਲਾ ਲੈ ਲਵਾਂਗੇ। ਚਲੋ ਮਾਨ ਸਾਹਿਬ, ਅਸੀਂ ਇਹ ਵੀ ਗੱਲ ਛੱਡ ਦਿੰਦੇ ਹਾਂ, ਤੀਜੀ ਗੱਲ 'ਤੇ ਆ ਜਾਂਦੇ ਹਾਂ। ਇੱਕ ਪੰਜਾਬ 'ਚ ਤੀਜਾ ਫਰੰਟ ਬਣਨ ਜਾ ਰਿਹਾ, ਉਸ 'ਚ ਸੁਖਪਾਲ ਖਹਿਰਾ ਜਿਹਦਾ ਕਿ ਤੁਸੀਂ ਹੁਣ ਤੱਕ ਵਿਰੋਧ ਕਰਦੇ ਆ ਰਹੇ ਹੋ ਜਾਂ ਸੁਖਪਾਲ ਖਹਿਰਾ ਤੁਹਾਡਾ ਵਿਰੋਧ ਕਰਦਾ ਆ ਰਿਹਾ, ਉਸ ਫਰੰਟ 'ਚ ਤੁਸੀਂ ਵੀ ਸ਼ਾਮਿਲ ਹੋਣ ਜਾ ਰਹੇ ਹੋ ਅਤੇ ਸੁਖਪਾਲ ਖਹਿਰਾ ਵੀ ਸ਼ਾਮਿਲ ਹੋਣ ਜਾ ਰਿਹਾ, ਅਤੇ ਜਿਹੜਾ ਇਹ ਵਿਰੋਧ ਦੀ ਰਣਨੀਤੀ ਸੀਗੀ ਉਹ ਕੀ ਸੀਗੀ? ਉਹ ਲੋਕਾਂ ਨੂੰ ਕੀ ਇੱਕ ਤਰ੍ਹਾਂ ਦਾ ਵੇਕੂ ਬਣਾਉਣ ਦੀ ਚਾਲ ਸੀ? ਦੇਖੋ, ਹਾਲੇ ਜਿਹੜਾ ਹੈਗਾ ਤੁਸੀਂ ਫਰੰਟ ਬਣਨ ਦੀ ਗੱਲਾਂ ਕਰਦੇ ਬੜੇ ਆ, ਬਹੁਤ ਹਜੇ ਇਨੀਸ਼ੀਅਲ ਸਟੇਜ 'ਤੇ ਨੇਗੀਆਂ, ਬਹੁਤ ਪਹਿਲੀ ਸਟੇਜ 'ਤੇ ਨੇਗੀਆਂ, ਹਜੇ ਜਦੋਂ ਤੱਕ ਲਾਸਟ ਸਟੇਜ 'ਤੇ ਪਹੁੰਚਣਗੀਆਂ ਉਦੋਂ ਕਿਹਨੇ ਹਿੱਸਾ ਬਣਨਾ ਕਿਹਨੇ ਨਹੀਂ ਬਣਨਾ ਸਮਾਂ ਦੱਸੂਗਾ, ਪਰ ਲੇਕਿਨ ਜਿਹੜੀ ਸਾਡੀ ਗੱਲਬਾਤ ਆ ਬੜੇ ਸੁਖਾਵੇਂ ਰੂਪ 'ਚ ਚੱਲ ਰਹੀ ਹੈਗੀ। ਨਹੀਂ, ਤੁਹਾਡੀ ਵੀ ਗੱਲਬਾਤ ਚੱਲ ਰਹੀ ਆ, ਉੱਧਰ ਸੁਖਪਾਲ ਖਹਿਰੇ ਦੀ ਵੀ ਗੱਲਬਾਤ ਚੱਲ ਰਹੀ ਆ, ਅਤੇ ਕੀ ਮਤਲਬ ਕਿ ਸੁਖਪਾਲ ਖਹਿਰਾ ਦੇ ਨਾਲ ਤੁਹਾਡਾ ਸਮਝੌਤਾ ਹੋ ਜਾਏਗਾ ਉਸ ਫਰੰਟ 'ਚ? ਦੇਖੋ, ਬੜਾ ਸਪਸ਼ਟ ਆ, ਸਾਡੀ ਕੋਰ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਦਾ, ਤਕਰੀਬਨ ਸਾਰੇ ਮੈਂਬਰਾਂ ਦਾ ਇੱਕ ਮਤ ਸੀਗਾ ਵੀ ਸੁਖਪਾਲ ਸਿੰਘ ਖਹਿਰਾ ਉਸ ਜਿਹੜਾ ਹੈਗਾ ਮੰਚ ਆ ਜਾਂ ਉਸ ਗੱਠਜੋੜ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਨੇਗੇ, ਔਰ ਇਹ ਗੱਲਬਾਤ ਜਿਹੜੀ ਹੈਗੀ ਜਦੋਂ ਦੂਸਰੀਆਂ ਪਾਰਟੀਆਂ ਦੀ ਗੱਲ ਕਰਾਂਗੇ ਰੱਖੀ ਜਾਊਗੀ। ਮਾਨ ਸਾਹਿਬ, ਸਮਝ ਨਹੀਂ ਆ ਰਹੀ ਗੱਲ ਵੀ ਹਰ ਇੱਕ ਮਾਮਲੇ 'ਚ ਦੋ ਪੱਖੀ ਗੱਲ ਹੋ ਰਹੀ ਆ, ਕਿਸੇ ਵੀ ਮਾਮਲੇ 'ਚ ਸਿੱਧਾ ਮਤਲਬ ਕਿ ਜਵਾਬ ਜਿਹੜਾ ਸਾਹਮਣੇ ਨਹੀਂ ਆ ਰਿਹਾ। ਸਮਾਂ ਆਉਣ 'ਤੇ ਹਰੇਕ ਜਿਹੜਾ ਹੈਗਾ ਸਵਾਲ ਦਾ ਜਵਾਬ ਤੁਹਾਨੂੰ ਸਮਾਂ ਦੱਸੂਗਾ, ਅਸੀਂ ਵੀ ਦੱਸਾਂਗੇ, ਸੋ ਵੇਟ ਕਰੋ, ਵਾਚ ਕਰੋ।
ਇੱਕ ਬਰਗਾਡੀ ਕਾਂਡ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੰਨੇ ਕੇਸ ਪੈਂਡਿੰਗ ਸੀਗੇ ਉਹਨਾਂ ਨੇ ਸਾਰੇ ਕੇਸ ਹਾਈ ਕੋਰਟ ਨੇ ਖਾਰਿਜ ਕਰਦੇ ਹੋਏ ਇਹ ਕਿਹਾ ਜਿਹੜੀ ਇਸ 'ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਉਹਨੂੰ ਸਾਰੀ ਪਾਵਰਾਂ ਦਿੰਦੇ ਹੋਏ ਕਿਹਾ ਵੀ ਉਹ ਖੁੱਲ੍ਹੀ ਛੂਟ ਹੈ ਵੀ ਉਹ ਪੂਰੀ ਪ੍ਰੋਪਰ ਇਸ ਮਾਮਲੇ 'ਚ ਇਨਵੈਸਟੀਗੇਟ ਕਰੇ ਔਰ ਉਸਦੇ ਉੱਤੇ ਹਾਈ ਕੋਰਟ ਨੇ ਵਿਸ਼ਵਾਸ ਜ਼ਾਹਿਰ ਕੀਤਾ। ਤੁਹਾਡਾ ਇਸ ਸੰਬੰਧ 'ਚ ਕੀ ਕਹਿਣਾ? ਦੇਖੋ, ਬੇਅਦਬੀ ਮਾਮਲਿਆਂ ਨੂੰ ਲੈ ਕੇ ਮੈਂ ਸਮਝਦਾ ਹਾਈ ਕੋਰਟ ਨੇ ਕਾਫੀ ਸਾਰੇ ਆਫਿਸਰ ਸਹਿਬਾਨ ਨੂੰ ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਟੇਅ ਦਿੱਤੀ ਹੋਈ ਸੀ, ਅੱਜ ਉਹ ਵਿਕੇਟ ਹੋਈ ਆ, ਡਿਸਮਿਸ ਹੋਈ ਆ, ਇਹਦਾ ਫੈਸਲਾ ਸਵਾਗਤ ਕਰਦੇ ਹਾਂ। ਔਰ ਹੁਣ ਜਿਹੜੀ ਬਾਲ ਆ ਉਹ ਹੈਗੀ ਆ ਕੈਪਟਨ ਸਾਹਿਬ ਦੇ ਪਾਲੇ ਵਿੱਚ, ਹੁਣ ਕੈਪਟਨ ਸਾਹਿਬ ਨੂੰ ਚਾਹੀਦਾ ਕਿੰਨੀ ਜਲਦੀ ਕਾਰਵਾਈ ਕਰਦੇ ਨੇ। ਅੱਗੇ ਤਾਂ ਉਹਨਾਂ ਨੇ ਸਾਰਾ ਲਿਆ ਹੋਇਆ ਸੀ ਵੀ ਕੋਰਟ ਨੇ ਸਟੇਅ ਕੀਤੀ ਹੋਈ ਆ, ਹੁਣ ਕੈਪਟਨ ਸਾਹਿਬ ਨੂੰ ਚਾਹੀਦਾ ਤੁਰੰਤ ਦੋਸ਼ੀ ਗ੍ਰਿਫਤਾਰ ਹੋਣੇ ਚਾਹੀਦੇ ਨੇ, ਉਹਨਾਂ ਦੀ ਪ੍ਰੋਪਰਟੀ ਜ਼ਬਤ ਹੋਣੀ ਚਾਹੀਦੀ ਆ, ਉਹਨਾਂ ਦੇ ਪਾਸਪੋਰਟ ਜ਼ਬਤ ਹੋਣੇ ਚਾਹੀਦੇ ਕਿਉਂਕਿ ਦੋਸ਼ੀ ਭੱਜ ਨਾ ਜਾਣ ਬਾਹਰ ਨੂੰ। ਔਰ ਸਾਰੇ ਜਿੰਨੇ ਵੀ ਚਾਹੇ ਆਫਿਸਰ ਨੇ ਚਾਹੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਵੀ ਬੇਅਦਬੀ ਕਰਵਾਈ ਆ, ਜਿਨ੍ਹਾਂ ਨੇ ਸਾਡੇ ਦੋ ਭਰਾ ਮਾਰੇ ਸੀ, ਉਹ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਆਮ ਆਦਮੀ ਪਾਰਟੀ ਦੀ ਮੰਗ ਆ, ਕਿਉਂਕਿ ਲੰਬਾ ਅਰਸਾ ਹੋ ਗਿਆ, ਲਗਭਗ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਮੈਂ ਸਮਝਦਾ ਕਿਤੇ ਨਾ ਕਿਤੇ ਜੇਕਰ ਸਮਾਂ ਵੱਧ ਆ ਗਿਆ ਤਾਂ ਐਵੀਡੈਂਸ ਜਿਹੜਾ ਹੈਗਾ ਡਿਸਟਰੋਏ ਹੋ ਜੂ, ਐਵੀਡੈਂਸ ਖਤਮ ਹੋ ਜੂ, ਦੋਸ਼ੀਆਂ ਨੂੰ ਤਾਂ ਲਾਭ ਮਿਲੂਗਾ। ਔਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ, ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਜਿਹੜੇ ਹੈਗੇ ਦੋਸ਼ੀ ਤੁਰੰਤ ਫੜੇ ਜਾਣੇ ਚਾਹੀਦੇ ਨੇ। ਸ਼੍ਰੀ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕੀਤਾ, ਉਸ 'ਚ ਇਹ ਕਿਹਾ ਕਿ ਉੱਥੇ ਸਿਰਫ ਸਿੱਖਾਂ ਨੂੰ ਹੀ ਦਰਸ਼ਨ ਲਈ ਅਨੁਮਤੀ ਨਹੀਂ ਮਿਲਣੀ ਚਾਹੀਦੀ, ਬਲਕਿ ਸਾਰੀ ਕੋਈ ਕਿਸੇ ਵੀ ਧਰਮ ਦਾ ਉਹ ਉੱਥੇ ਜਾ ਕੇ ਦਰਸ਼ਨ ਕਰ ਸਕਦਾ। ਤੁਹਾਡਾ ਕੀ ਕਹਿਣਾ? ਦੇਖੋ, ਪਾਕਿਸਤਾਨ ਸਰਕਾਰ ਨੇ, ਮੈਨੂੰ ਮੀਡੀਆ ਦੁਆਰਾ ਪਤਾ ਲੱਗਿਆ ਵੀ ਉਹਨਾਂ ਨੇ ਇਹ ਪਾਬੰਦੀ ਲਾਈ ਹੈ ਵੀ ਸਿਰਫ ਉੱਥੇ ਸਿੱਖ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਵਿਅਕਤੀ ਹੀ ਜਾ ਸਕਦੇ ਨੇ। ਇਹ ਬਿਲਕੁਲ ਗਲਤ ਆ, ਪਾਬੰਦੀ ਨਹੀਂ ਹੋਣੀ ਚਾਹੀਦੀ। ਹਰੇਕ ਧਰਮ ਦਾ ਲੋਕ, ਹਰੇਕ ਜਿਹੜਾ ਵੀ ਜਿਹੜਾ ਜਾਣਾ ਚਾਹੁੰਦਾ, ਚਾਹੇ ਉਹ ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜਾਤ ਦਾ, ਉਹਦੇ ਲਈ ਖੁੱਲ੍ਹ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਸਭਨਾਂ ਦੇ ਸਾਂਝੇ ਗੁਰੂ ਸੀਗੇ। ਠੀਕ, ਥੈਂਕ ਯੂ। ਇਹ ਸੀਗੇ ਹਰਪਾਲ ਚੀਮਾ ਜੀ, ਵਿਰੋਧੀ ਧਿਰ ਦੇ ਨੇਤਾ, ਲੇਕਿਨ ਉਹਨਾਂ ਨੇ ਅੱਜ ਜਿੰਨੇ ਵੀ ਮਸਲੇ ਅਸੀਂ ਉਹਨਾਂ ਨਾਲ ਡਿਸਕਸ ਕੀਤੇ, ਲਗਭਗ ਸਾਰੇ ਮਸਲਿਆਂ 'ਚ ਉਹਨਾਂ ਨੇ ਦੋ ਪੱਖੀ ਗੱਲ ਕੀਤੀ, ਉਹ ਕਿਸੇ ਵੀ ਮਸਲੇ 'ਚ ਸਪਸ਼ਟ ਜਵਾਬ ਤੋਂ ਬਚਦੇ ਨਜ਼ਰ ਆਏ। ਮੈਂ ਦਿਨੇਸ਼ ਕੋਲ, ਕੈਮਰਾਮੈਨ ਪ੍ਰਵੀਨ ਪਾਂਡੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ।